مرحومین دے اللہ پاک درجات بلند فرمائے، بالخصوص چاچا نظر حسین بھائی عباس اس خاندان دے جملہ مرحومین دے ذکر حسین دے صدقے اللہ درجات بلند کی. بادشاہ دا ظہور ہوئے، بی بی دا گھر وسے، تواریاں ساریاں اکھاں دیکھن، سلوات پڑھو، میں ذکر پاک شروع کراں. بابا السلام علی اشرف الانبیاء والمرسلین صلوات وعلی اخیه ووزیره وخلیفته وابن عمه امیر المؤمنین صلوات. Oh, my name.
ਬਸਤਾ ਰੱਖੀ। ਤੁਹਾਡੇ ਬੱਚੜੇ ਜੀਵਨ, ਤੁਹਾਡੇ ਇਸਤਾ ਪਰਦੇ ਸਲਾਮਤ ਹੋਵਣ। ਬੀਬੀ ਦੀ ਇੱਜ਼ਤ ਦੇ ਸਦਕੇ ਇੱਕ ਸ਼ੇਰ ਕਸੀਦੇ ਦਾ, ਉਹਦੇ ਬਾਅਦ ਜਿਤਨਾ ਅਫਸੋ ਮੈਂ ਸਾਹਿਬ ਪੜਸਾਂ, ਬਾਅਦ ਮੇਰੇ ਬਹੁਤ ਸੋਹਣਾ ਜ਼ਾਕਿਰ ਮੇਰੀ ਸੈਣ ਦਾ ਜੀਵੇ ਅੱਲਾ ਭਾਵੇਂ ਆਲਮ ਅੱਬਾਸ ਉਹ ਪੜਸੀ। ਕੋਈ ਮੰਨੇ ਤਾਂ ਹੀ ਅਲੀ ਅਲੀ ਏ, ਕੋਈ ਨਾ ਮੰਨੇ ਤਾਂ ਹੀ ਅਲੀ ਅਲੀ ਏ। ਗਾਜ਼ੀਆਬਾਦ ਵਾਲੇ ਸਾਰਾ ਜ਼ਮਾਨਾ ਨਾ ਮੰਨੇ ਮੇਰੇ ਮੁਰਸ਼ਿਦ ਪੁੱਥੀ ਦਾ ਕੁਝ ਨਹੀਂ, ਜਿਹਦੇ ਕੋਲ ਅਲੀ ਰੁੱਖ ਫੇਰੇ ਚਾ ਹੁੰਦਾ ਰਾਂਧਾ ਕੱਖ ਨਹੀਂ। ਉਹ ਆਪਣੇ ਘਾਰੀ ਦੀ ਮਸ਼ਕੂਕ ਥੀ ਰਹਿੰਦਾ ਹੈ, ਭਈ ਉਹਦਾ ਕਿਵੇਂ ਜੰਮਾ ਹੈ ਜਿਹੜਾ ਦੁਸ਼ਮਣ ਹੈ ਅਲੀ। ਬੜਾ ਸੋਹਣਾ ਸੁਣਦੇ ਪਏ ਹੋ, ਦਰਜਾਤ ਬੁਲੰਦ ਹੋਵਣ ਚਾਚੇ ਨਜ਼ਰ ਦੇ। ਜ਼ਾਕਰੀ ਸ਼ਜਰੇ ਮੁਤਾਬਿਕ ਵੀ ਉਹਨਾਂ 'ਤੇ ਸਾਡੀ ਬਾਜ਼ ਬਹਿਕਾ ਆਈ। ਉਹ ਸਰਦਾਰ ਗੁਲਾਮ ਬਾਸ ਖਾਨ ਨਾਰੇਵਾਲ ਦੇ ਸ਼ਾਗਿਰਦ ਹੈ ਅਤੇ ਮੈਂ ਨਾਰੇਵਾਲ ਦਾ ਉਸਤਾਦ ਭਾਈ ਹਾਂ। ਸਰਦਾਰ ਗੁਲਾਮ ਬਾਸ ਖਾਨ ਸਾਹਿਬ ਵੀ ਉਸਤਾਦ ਮੁਰੀਦ ਅੱਬਾਸ ਨੰਗਾਹ ਦੇ ਸ਼ਾਗਿਰਦ ਹੈ, ਮੈਂ ਵੀ ਉਹਨਾਂ ਦਾ ਸ਼ਾਗਿਰਦ ਹਾਂ। ਕਸੀਦਾ ਇੱਕ ਮੇਰੇ ਕੋਲ ਸੁਣਦੇ ਹਨ, ਉਹ ਮੈਂ ਤੁਹਾਨੂੰ ਸੁਣਾ ਦਿੰਦਾ ਜਿਹੜਾ ਤੁਸੀਂ ਸਾਰਾ ਗੁਆਂਦ ਹੈ। ਫਰਵਰੀ 'ਚ ਮਜਲਿਸ ਆਈ ਸਿਆਲਕੋਟ ਸੰਦਰਾਣਾ ਸਾਹਿਬ ਇੱਕ ਜਗ੍ਹਾ ਹੈ, ਇਸੇ ਫਰਵਰੀ ਪਿਛਲੇ ਮਹੀਨੇ। ਉੱਥੇ ਇੱਕ ਮੌਲੀ ਮੈਂ ਦਿੱਤਾ ਹੈ ਅਹਿਲ ਸੁਨਤ ਜਮਾਤ ਦਾ, ਨਾਂ ਆਉਂਦਾ ਹਾਈ ਯਾਸੀਨ ਕਾਦਰੀ। ਇਹ ਜਿਹੜੇ ਬੱਚੇ ਨੈੱਟ ਯੂਜ਼ ਕਰਦੇ ਨੇ ਉਹ ਕੁਝ ਜਾਣਦੇ ਨੇ, ਮੈਂ ਪਹਿਲੀ ਦਫ਼ਾ ਦਿੱਤਾ ਬਾਬਾ, ਅਤੇ ਵੱਡਾ ਕੋਈ ਚੰਗਾ ਮੌਲੀ ਸਾਹਿਬ ਹੈ। ਸਾਰੇ ਕੋਲ ਚੰਗੇ ਵਾਲੀ ਕਸਵੱਟੀ ਹੈ ਚੌਦਾਂ ਵਾਲੀ, ਜਿਹੜਾ ਚੌਦਾਂ ਕੁ ਮੰਨਦਾ ਹੈ ਉਹ ਚੰਗਾ, ਇਵੇਂ ਹੈ ਨਾ ਬਾਬਾ। ਅੱਛਾ ਉਹਦੇ ਕੋਲ ਕੁਰਾਨ ਹੀ ਹੈ ਜਿਵੇਂ ਤਲਹਾੜੇ ਸਾਹਿਬ ਕੋਲ ਹੁੰਦਾ ਚਾਹੀਦਾ, ਉਹ ਸਿਰ 'ਤੇ ਰੱਖੇ ਕੁਰਾਨ ਪਾਕ ਚਾਚਾ ਸਿੰਘ। ਉਹ ਆ ਕੇ ਇੱਕ ਲੱਖ ਹਦੀਸ ਮੈਂ ਕੁਆਂ ਦੀ ਏ ਜਿਹੜੀ ਰਸੂਲ ਅਲੀ ਦੇ ਹੱਕ ਤੱਕ ਸਾਰੇ ਬੰਦੇ ਯਾ ਅਲੀ ਨਿਵੇ ਆਦੇ ਬੈਠੇ ਇਹਦਾ ਕੀ ਮਨ ਹੈ? ਅਲੀ ਕੁ ਮਨੇ ਸੇ ਤਾਂ ਬੱਚੇ ਮੇਰੇ ਸਿਰ 'ਤੇ ਕੁਰਾਨ ਚਲਾ। ਅੱਛਾ ਬੀਆ ਕਿਬਲਾ ਉਹਦੀ ਤਕਰੀਰ ਆਈ ਉਰਦੂ ਵਿੱਚ, ਉਹ ਆਖਿਆ ਜਿਹੜਾ ਬਤੂਲ ਦੇ ਬਾਬੇ ਕੁਲੀਆ ਦੱਸਿਆ ਨਾ ਅਲੀ ਕੁ ਮੰਨਣ ਦਾ, ਉਹ ਇਹ ਨਹੀਂ ਸਾਖਾ ਜੋ ਬਈ ਸ਼ੀਆ ਹੋਣਾ ਜ਼ਰੂਰੀ ਹੈ, ਸੁੰਨੀ ਹੋਣਾ ਜ਼ਰੂਰੀ ਹੈ ਅਲੀ ਕੋ ਮੰਨਣ ਵਾਸਤੇ। ਚਿਕੜਾਲਵੀ ਅਹਿਲੇ ਹਦੀਸ ਦੇ ਬੰਦੀ, ਉਹ ਆਖੇ ਜਿਹੜਾ ਰਸੂਲ ਦੱਸਿਆ ਨਾ ਰਸੂਲ ਆਦਾ ਹੈ ਬਈ ਪਿਓ ਇੱਕ ਹੋਵੇ ਅਤੇ ਮਾਂ ਚੰਗੀ ਹੋਵੇ। ਇਹ ਤੈਰੁਲ ਕਾਦਰੀ ਆਖੇ ਚਾਚਾ ਵੀ ਉਹਦੇ ਕੋਲ ਇੱਕ ਬੋਤਲ ਆਈ, ਇਹ ਵੱਡੀ ਹੈ ਉਹ ਛੋਟੀ ਹੈ, ਇਹ ਆ ਪਾਣੀ ਵਾਲੀ। ਪਾਸੇ ਨਾਲ ਬੈਠਿਆ ਸੀ ਮੈਂ ਅਤੇ ਪੀਰ ਸਜਾਦ ਸ਼ਾਹ ਸ਼ੁਮਾਰੀ ਵਾਲਾ, ਮੈਂ ਕੋ ਤਾਂ ਉਹ ਜਾਣਦਾ ਨਹੀਂ, ਮੈਂ ਉਹ ਪਹਿਲੀ ਦਫ਼ਾ ਦਿੱਠਾ ਅਤੇ ਪੀਰ ਸਾਹਿਬ ਅਤੇ ਉਹ ਮੇਰੇ ਖਿਆਲ ਇੱਕ ਇਲਾਕੇ ਦੇ ਹਨ, ਇੱਕ ਮੈਂ ਦੇ ਵਾਕਿਫ ਹਾਂ। ਪੀਰ ਸਜਾਦ ਸ਼ਾਹ ਕੋ ਮੁਖਾਤਿਬ ਕਰਕੇ ਤਾਂ ਬਾਬਾ ਜੀ ਇਹ ਕੀ ਹੈ? ਉਹਨਾਂ ਫਰਮਾਇਆ ਬੋਤਲ ਹੈ, ਅਤੇ ਬੋਤਲ ਦੇ ਵਿੱਚ ਕੀ ਹੈ? ਉਹਨਾਂ ਫਰਮਾਇਆ ਪਾਣੀ ਹੈ। ਯਾਸੀਨ ਕਾਦਰੀ ਆਦੇ ਅਗਰ ਇਹਦੇ ਵਿੱਚ ਪਾਣੀ ਨਾ ਹੋਵੇ ਤਾਂ ਫਿਰ ਅਸਾਂ ਕਿ ਬਈ ਖਾਲੀ ਬੋਤਲ ਏ ਵੱਧ ਚਾਚਾ ਕੁਰਾਨ ਸਿਰ 'ਤੇ ਜਾ ਰੱਖਾ ਹੀ ਆ ਕਿ ਰਸੂਲ ਆਦੇ ਜਿਹੜੀ ਇਬਾਦਤ ਵਿੱਚ ਅਲੀ ਨਾ ਹੋਵੇ ਬੰਦਾ ਖਾਲੀ ਬੋਤਲ ਚਾਹੀਦਾ। ਅੱਲਾ ਤੋਂ ਵਸਦਾ ਰੱਖੇ ਯਾਰ, ਉੱਚੀ ਸਲਵਾਤ ਪੜ੍ਹੋ ਚਾ, ਬਸ ਸਾਰਾ ਫਜ਼ਾਇਲ ਇਤਨਾ ਹੈ। ਸਫ਼ਰ ਲੰਬਾ ਕਰਨਾ ਸੀ, ਚਾਹੇ ਮੈਂ ਸਾਰੇ ਨਾਲ 11 ਵਜੇ ਦਾ
ਅਤੇ ਪਿੱਛੇ ਘਰ ਲੈ ਜਾ ਲਈ ਥਾ ਵਜੋਂ ਬੜਾ ਬੰਦਾ ਕੋਈ ਗਾਹਲ ਵੀ ਨਹੀਂ ਕਰ ਸਕਦਾ ਅਤੇ ਭਾਈ ਇਜਾਜ਼ ਰਾਤ ਦੇ ਆਏ ਬੈਠੇ ਉਹਨਾਂ ਦਾ ਉਵੇਂ ਰਾਈਟ ਬਣਦਾ ਅਤੇ ਹੁਣ ਸਲਵਾਤ ਪੜ੍ਹੋ ਸਾਰੇ ਤਾਰੀਫ ਕਰੇ ਜਿਵੇਂ ਜਿਵੇਂ ਉਹਨਾਂ ਦੇ ਪੀਰਾਂ ਕੋ ਮੇਰੇ ਅੱਲਾ ਨੇ ਜੌਹਰ ਦਿੱਤੇ ਹਰ ਕਹੇ ਕੋਈ ਇਸਤਾਂ ਤਾਂ ਅੱਲਾ ਦਿੱਤੀ ਨਾ ਬਾਬਾ ਸੈਯਦਾ ਏ ਮਿੰਬਰੇ ਮੈਂ ਝੋਲੀ ਚਈ ਖਣਾ ਮੈਂ ਸ਼ਰਰ ਦੀ ਹਰ ਕੋਈ ਉਠਾਈ ਹੋਵੇ ਜਿੱਥਾ ਜਿੱਥਾ ਮੈਂ ਜੰਦ ਪੀਰ ਹੋਵੇ ਅਸਾਂ ਅੱਲਾ ਭਾਵੇਂ ਉਠਾਈ ਹੋ ਜਿੱਥਾ ਸਾਰੇ ਬਾਦਸ਼ਾਹ ਜਨਮਾ ਫਿਕਾ ਨਾ ਹੋਵੇ ਅਗਰ
چلو چپ کر گئے ہو خیر عمر پانچ سال بابا نائے رملہ ماں دا نائے ہندا گئی بازار ہسدی جڑے روندے بیٹھی ہو گھر والی روندی ہائے حسین ہائے بی بی ہائے تیرا پردا ماں دی میری دھی کن گئیاں ویں بازار میری دھی روندی کیوں ہے آدھی اما قیدی دیکھئی میری دھی دارالحکومت اتھا قیدی روز آنے جڑا میرے لے دا بیٹھے ضرور روسی میری دھی دارالحکومت اتھا قیدی روز آنے ماں دے پاس لے کے آدھی اما آدھی حسین پر مرد حسین قیدی پر مرد میں بی بی آن دے ہاتھے نرچے اما دعا مانگ شالا بابے دی شائی گھر کو اما مانگ دعا شالا دمشق برباد ہو کیوں میری دھی آدھی اما ظلم دے کھائیاں رسی ہی کیے بی بی آن ستا رہا ہے میری دھی نہ رو بد سمنیاں نہ کر تو شام دے حاکم دی دھی آدھی اما وات دس میں کہیں دی دھی شام دے حاکم دی اما اگر تھکنے پئی تو وات دس میں کہیں دی دھی میری دھی تو شام دے حاکم دی دھی نہ رو ماتم نہ کر بد سمنیاں نہ کر جیڑا بندہ زندگی چ نہیں رونا میرے رکھے رملا تلیا ٹیک اٹھی ماں دے پاس لے کے آدھیے کر لانت شام دے حاکم تے پوچھ میں تو حال تیری سائن دے ہاتھ وچ رسیاں اللہ دی کائنات برباد پر علی دی دھی دی نالائن گھر تو باہر میری دھی اجا چھوٹی جو ہیں تے کو تعارف نہیں ہوں بی بی دا ہک بھرا ہے
जिंदा नाम है अब्बास। वाह वाह। अज हम अरब जिंदे कोल दर्द है, रमला सर झुका के आदि अम्मा मन न मान है तेरी शायन मेरी धी। हाँ मेरे ही लह गए जेड़ी बीबी रस्सियां पा के बजा रही है उंदा नाम दस। आधी अम्मा मेरे गल च बही पा रमला मां दे गल बही पा के आधी जेड़ी बीबी रस्सियां पा आई हाई ते उकू आलिया लोग सदे बिया शाम दे सदा बाजार दे विच पै शामी पत्थर तकबीर नारा रिसालात नारा।